ਗਰਮੀ ਬੜੀ ਹੈ ਅਤੇ ਅਸੀਂ ਇੱਥੇ ਖਲੋ ਗਏ ਹਾਂ। ਵੇਖਿਆ ਮੁੰਡੇ ਸਾਰੇ ਨਹਾਉਣ ਡੇ, ਹਫਤਰ ਵੀ ਖਲੋ ਗਏ ਨੇ ਅਤੇ ਪੀਟਰ ਚੱਲਦਾ ਵੇ ਪਿਆ। ਇਹ ਬੰਦੇ ਜਿਹੜੇ ਹਨ ਇਹ ਵੀ ਛੱਡੀਆਂ ਵੇਚਣ ਵਾਲੇ ਨੇ। ਉਹ ਗੱਡੀ ਖਲੋਤੀ ਆ ਉਹਦੀ ਵੀ, ਅਤੇ ਇੱਕ ਹੋਰ ਗੱਡੀ ਖਲੋਤੀ ਹੈ, ਇੱਕ ਇਹ ਖਲੋਤੀ ਹੈ ਅਤੇ ਵਿਚਾਰੇ ਨਹਾਉਣ ਡੇ ਨੇ। ਗਰਮੀ ਬੜੀ ਪੈਣ ਡਈ ਹੈ। ਉਹ ਪੀ ਲਓ ਪਾਣੀ, ਪੀ ਲਿਆ, ਗਰਮੀ ਬੜੀ ਹੈ, ਮੈਂ ਵੀ ਪੀਣਾ ਮੈਂ ਥੋੜ੍ਹਾ ਜਿਹਾ ਪਾਣੀ। ਗਰਮੀ ਬੜੀ ਹੈ ਅਤੇ ਘਰੇ ਬੰਦਾ ਕੀ ਬੜਾ ਸਵਾਦ ਹੈ। ਬੰਦੇ ਨਹਾਉਣ ਡੇ ਤੇ ਵੇਖ ਲਓ ਵਿਚਾਰੇ, ਗਰਮੀ ਬੜੀ ਹੈ ਤੇ ਕੀ ਕਰਨ ਹੈ। ਤੇ ਇਹ ਮੇਰੇ ਮਗਰ ਦਾ ਮੁੰਡਾ, ਇਹਨੇ ਵੀ ਉਹ ਗੱਡੀ ਖਿਲਾਰੀ ਹੈ, ਇਹ ਵੀ ਨਹਾਉਣ ਲੱਗਾ ਵੇ। ਇਹ ਗਰਮੀ ਦੇ ਵਿੱਚ ਨਹਾਉਣਾ ਚਾਹੀਦਾ, ਅਸੀਂ ਵੀ ਭਾਈ ਖਾਣਾ ਵੇਖੀਏ ਤੇ ਪੀਟਰ ਦੀ ਆਵਾਜ਼ ਬੜੀ ਹੈ, ਵੇਖੋ ਪੀਟਰ ਚੱਲਦਾ ਪਿਆ, ਦੇਸੀ ਮਾਹੌਲ ਹੈ। ਇਹਨਾਂ ਫਸਲਾਂ ਫਸਲਾਂ ਨੂੰ ਪਾਣੀ ਲਾਇਆ ਵੇ, ਆ ਵੇਖਿਆ ਪਾਣੀ ਜਾਣ ਡਿਆ, ਪਰ ਉਹ ਜਾਂਦਾ ਜੇ ਪਿਆ, ਆ ਪੈਲੀ 'ਚ ਪਾਣੀ ਲੱਗਿਆ। ਆ ਸਭ ਲਾ ਲਓ ਧਾਰੀ, ਨਹੀਂ ਲਾਉਣੀ। ਉਹ ਵੇਖੋ ਪਰ ਸੜਕਾਂ 'ਤੇ ਰਸ਼ ਪਿਆ ਹੈ, ਜਿਹੜੇ ਜਿਹੜੇ ਬੰਦੇ ਨੇ ਵੀ ਪੀਟਰ ਚੱਲਦਿਆਂ ਦੇਖਣਾ ਉਹਨੂੰ, ਨਹੀਂ ਤਾਂ ਦੌੜਨਾ ਜੇ ਚਲੋ ਚੱਲ ਕੇ ਤਾਰੀ ਇੱਕ ਲਾ ਲਈਏ, ਨਹਾ ਲਈਏ, ਪਾਣੀ ਠੰਡਾ ਪੀ ਲਈਏ। ਅਤੇ ਆਈ ਹੁਣ ਜਿੱਥੇ ਨਹਾਇਆ ਸਵੇਰੇ ਸਵੇਰੇ ਤਾਂ ਜਾਂਦੇ ਨੇ ਫਿਰ। ਨਹਾਲੋ ਨਹਾਲੋ ਫਟਾਫਟ, ਅਗਾਂਹ ਹੋ ਹਾਂ, ਨਹਾਲਿਆ ਯਾਰ, ਨਹਾਲੋ ਨਹਾਲੋ। ਚੈਨਲ ਵੀ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਆ ਅਤੇ ਸ਼ੇਅਰ ਮੇਰਾ ਭਰਾ ਜ਼ਰੂਰ ਕਰਿਆ ਕਰੋ। ਹਾਂ ਫਿਰ।